ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪਟਿਆਲਾ ਦੇ ਇਸ ਪਲੈਟਫਾਰਮ ਦੇ ਉੱਤੇ। ਤੋ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਆ ਜਿਹਦੇ ਵਿੱਚ ਆਪਾਂ 2023 ਦੇ ਜਿਹੜੇ PS ਟੈਟ 1 ਦੇ ਪੇਪਰ ਨੇ ਉਹਨਾਂ ਨੂੰ ਡਿਸਕਸ ਕਰ ਰਹੇ ਹਾਂ। ਇਹਦੇ ਵਿੱਚ ਆਪਾਂ ਦੋ ਜਿਹੜੇ ਪਾਰਟਸ ਨੇ ਉਹਨਾਂ ਦੇ ਵਿੱਚ ਇੰਗਲਿਸ਼ ਦੇ ਜੋ ਪੈਰਾਗ੍ਰਾਫ ਆਏ ਹੋਏ ਸੀਗੇ ਉੱਥੋਂ ਤੱਕ ਦੇ ਜਿਹੜੇ 16 ਪਹਿਲੇ ਸਵਾਲ ਸੀਗੇ ਉਹਨਾਂ ਨੂੰ ਡਿਸਕਸ ਕਰ ਚੁੱਕੇ ਹਾਂ। ਅੱਜ ਅਸੀਂ 17ਵੇਂ ਸਵਾਲ ਤੋਂ ਜਿਹੜਾ ਹੈ ਸਟਾਰਟ ਕਰਾਂਗੇ। ਸੋ ਦੇਖਾਂਗੇ ਕਿ ਇਹਦੇ ਵਿੱਚ ਕਿਸ ਤਰੀਕੇ ਦੇ ਜਿਹੜੇ ਸਵਾਲ ਪੁੱਛੇ ਗਏ ਨੇ। ਔਰ ਅੱਜ ਦਾ ਜਿਹੜਾ ਇਹ ਸੈਸ਼ਨ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਰਹਿਣ ਵਾਲਾ, ਕਿਉਂਕਿ ਇਹਦੇ ਨਾਲ ਤੁਹਾਨੂੰ ਜਿਹੜਾ ਇੱਕ ਇੰਗਲਿਸ਼ ਲੈਂਗੁਏਜ ਦੇ ਵਿੱਚ ਅਨਐਕਸਪੈਕਟਡ ਜੇ ਕੁਐਸਚਨ ਪੁੱਛੇ ਜਾਂਦੇ ਨੇ ਨਾ, ਗ੍ਰਾਮਰ ਨੂੰ ਲੈ ਕੇ ਜਾਂ ਪੈਡਾਗੋਜੀ ਨੂੰ ਲੈ ਕੇ, ਉਹਨਾਂ ਬਾਰੇ ਇੱਕ ਆਈਡੀਆ ਮਿਲ ਜੂਗਾ। ਸੋ ਪਹਿਲਾ ਜਿਹੜਾ ਸਵਾਲ ਹੈ ਉਹ ਪੁੱਛਿਆ ਗਿਆ ਸੀਗਾ ਕਿ ਇਹਨਾਂ ਵਿੱਚੋਂ ਕਿਹੜੀ ਇੱਕ ਰਿਲੇਟਿਵ ਡਿਗਰੀ ਆ ਆਫ ਪ੍ਰੋਮੀਨੈਂਸ ਵਿਦ ਵਿੱਚ ਸੈਲੇਬਲਸ ਆਫ ਦ ਵਰਡਸ ਆਰ ਪ੍ਰੋਨਾਉਂਸਡ। ਸੋ ਦੇਖੋ, ਆਪਾਂ ਆਮ ਤੌਰ ਦੇ ਉੱਤੇ ਜੋ ਬੋਲਦੇ ਹਾਂ, ਹੈ ਨਾ, ਆਪਣੇ ਬੋਲਣ ਦੇ ਤਰੀਕੇ ਦੇ ਜਿਹੜੇ ਨੇ ਉਹ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਨੇ। ਮੇਰਾ ਬੋਲਣ ਦਾ ਤਰੀਕਾ, ਮੇਰਾ ਇੰਗਲਿਸ਼ ਦੇ ਵਿੱਚ ਸ਼ਬਦਾਂ ਨੂੰ ਪ੍ਰੋਨੰਸੀਏਟ ਕਰਨ ਦਾ ਜਿਹੜਾ ਤਰੀਕਾ ਆ ਉਹ ਤੁਹਾਡੇ ਨਾਲੋਂ ਬਹੁਤ ਅਲੱਗ ਹੋ ਸਕਦਾ ਆ, ਹੈ ਨਾ। ਸੋ ਇਹ ਐਕਸੈਂਟ ਹੁੰਦਾ ਆ, ਵਰਡ ਐਕਸੈਂਟ ਟਰਮ ਹੁੰਦੀ ਆ ਜਿਹਨੂੰ ਆਪਾਂ ਆਮ ਤੌਰ ਦੇ ਉੱਤੇ ਕਹਿੰਦੇ ਹਾਂ। ਇਹ ਵਰਡ ਐਕਸੈਂਟ ਹੁੰਦਾ ਆ ਸ਼ਬਦਾਂ ਨੂੰ ਬੋਲਣ ਦਾ ਤਰੀਕਾ। ਅਮੈਰੀਕਨ ਜਿਹੜੇ ਲੋਕ ਨੇ ਉਹਨਾਂ ਦਾ ਐਕਸੈਂਟ ਅਲੱਗ ਹੁੰਦਾ ਆ, ਬ੍ਰਿਟਿਸ਼ਰਸ ਜਿਹੜੇ ਨੇ ਉਹਨਾਂ ਦਾ ਐਕਸੈਂਟ ਅਲੱਗ ਹੁੰਦਾ ਆ, ਜਿਹੜੇ ਆਪਣੇ ਕੋਲ ਚਾਈਨੀਜ਼ ਨੇ ਜਾਂ ਇੰਡੀਅਨਸ ਨੇ, ਹੈ ਨਾ, ਆਪਣਾ ਜਿਹੜਾ ਬੋਲਣ ਦਾ ਤਰੀਕਾ ਅਲੱਗ ਹੁੰਦਾ ਆ। ਸੋ ਵਰਡ ਐਕਸੈਂਟ ਜਿਹੜਾ ਉਹ ਬਿਲਕੁਲ ਸਹੀ ਆਨਸਰ ਬਣ ਜਾਂਦਾ ਹੈ ਇਹਦੇ ਵਾਸਤੇ। ਨੈਕਸਟ ਕੁਐਸਚਨ ਨੂੰ ਆਪਾਂ ਪੜ੍ਹਦੇ ਹਾਂ। ਕਹਿੰਦੇ ਕਿ ਇੱਥੇ ਜਿਹੜੇ ਕੌਨਸੋਨੈਂਟਸ ਨੇਗੇ ਉਹ ਕਿੰਨੇ, ਮਤਲਬ ਕਿ ਕੌਨਸੋਨੈਂਟ ਫੋਨੀਮਸ ਹੁੰਦੇ ਨੇ ਰਿਸੀਵਡ ਪ੍ਰੋਨੰਸੀਏਸ਼ਨ ਇੰਗਲਿਸ਼ ਦੇ ਵਿੱਚ। ਹੁਣ ਇਹ ਰਿਸੀਵਡ ਪ੍ਰੋਨੰਸੀਏਸ਼ਨ, ਜੇ ਆਪਾਂ ਪ੍ਰੋਨੰਸੀਏਸ਼ਨ ਇੰਗਲਿਸ਼ ਦੀ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਇੱਕ ਬਹੁਤ ਇੰਪੋਰਟੈਂਟ ਨਾਮ ਆਉਂਦਾ ਆ, ਐਲਿਸ, AJ Ellis। AJ Ellis ਜਿਹੜਾ ਆ ਇਹਨਾਂ ਨੇ ਬੇਸਿਕਲੀ ਰਿਸੀਵਡ ਪ੍ਰੋਨੰਸੀਏਸ਼ਨ ਦਾ ਆਪਾਂ ਨੂੰ ਕਨਸੈਪਟ ਦਿੱਤਾ ਸੀ, ਜਿਹਦੇ ਵਿੱਚ ਇਹਨਾਂ ਨੇ ਜਿਹੜੇ ਸਾਊਂਡ ਸੀਗੇ ਨਾ ਉਹਨਾਂ ਟੋਟਲ ਸਾਊਂਡਸ ਨੂੰ 44 ਹਿੱਸਿਆਂ ਦੇ ਵਿੱਚ ਵੰਡ ਲਿਆ ਸੀਗਾ। 44 ਹਿੱਸਿਆਂ ਦੇ ਵਿੱਚ ਵੰਡਣ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਆਪਣੇ ਕੋਲ ਜਿਹੜੇ ਟੋਟਲ ਫੋਨੀਮਸ ਹੁੰਦੇ ਨੇ ਨਾ ਇਹ 44 ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ 20 ਜਿਹੜੇ ਨੇ ਵਾਊਲਸ ਹੁੰਦੇ ਨੇ ਤੇ ਬਾਕੀ ਜਿਹੜੇ ਸਾਡੇ ਕੋਲ 24 ਹੁੰਦੇ ਨੇ ਉਹ ਸਾਡੇ ਕੋਲ ਕੌਨਸੋਨੈਂਟਸ ਹੁੰਦੇ ਨੇ। ਸੋ ਇਹਨਾਂ ਵਿੱਚੋਂ ਕੋਈ ਵੀ ਪੁੱਛਿਆ ਜਾ ਸਕਦਾ ਹੈ, ਇੰਪੋਰਟੈਂਟ ਹੈ, ਠੀਕ ਹੈ ਜੀ। 24 ਜਿਹੜੇ ਨੇ ਸਾਡੇ ਕੋਲ ਕੌਨਸੋਨੈਂਟ ਫੋਨੀਮਸ ਹੁੰਦੇ ਨੇ ਰਿਸੀਵਡ ਪ੍ਰੋਨੰਸੀਏਸ਼ਨ ਦੇ ਵਿੱਚ। ਔਰ ਇਹ ਜਿਹੜੀ ਰਿਸੀਵਡ ਪ੍ਰੋਨੰਸੀਏਸ਼ਨ ਆ ਇੱਕ ਇਦਾਂ ਦਾ ਪ੍ਰੋਗਰਾਮ ਆ ਜਿਹਦੇ ਰਾਹੀਂ ਨਾ ਤੁਹਾਨੂੰ ਵਰਡਸ ਦੇ ਜਿਹੜੇ ਉਹਨਾਂ ਨੂੰ ਉਚਾਰਨ ਕਰਨ ਦੇ ਤਰੀਕੇ ਨੇ ਉਹ ਬਹੁਤ ਡਿਟੇਲ ਦੇ ਵਿੱਚ ਮਿਲ ਜਾਂਦੇ ਨੇਗੇ, ਠੀਕ ਹੈ। ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਸੋ ਅਗਲਾ ਜਿਹੜਾ ਸਵਾਲ ਸੀਗਾ ਉਹ ਸੀਗਾ ਜੀ, ਔਨ ਦ ਬੇਸਿਸ ਆਫ ਪਲੇਸ ਆਫ ਆਰਟੀਕੂਲੇਸ਼ਨ ਐਨ ਸਾਊਂਡ ਆਫ ਇਨ ਨੋਇਸ ਇਜ਼। ਸੋ ਨਾ ਆਪਾਂ ਇੱਕ ਪੰਜਾਬੀ ਦੇ ਵਿੱਚ ਪੜ੍ਹਦੇ ਹੁੰਦੇ ਹਾਂ ਇਹ ਸ਼ਬਦਾਂ ਨੂੰ, ਅੱਖਰਾਂ ਨੂੰ ਉਚਾਰਨ ਕਿਵੇਂ ਕਰਦੇ ਹਾਂ, ਹੈ ਨਾ, ਉਚਾਰਦੇ ਸਮੇਂ ਮੂੰਹ ਦੇ ਜਿਹੜੇ ਅੰਗ ਨੇ ਉਹ ਕਿਸ ਤਰੀਕੇ ਦੇ ਨਾਲ ਪਾਰਟੀਸਪੇਟ ਕਰਦੇ ਨੇ, ਉਹਨਾਂ ਦੇ ਆਧਾਰ ਦੇ ਉੱਤੇ ਆਪਾਂ ਇਹਨਾਂ ਵਰਡਸ ਨੂੰ, ਇਹਨਾਂ ਸ਼ਬਦਾਂ ਨੂੰ, ਅੱਖਰਾਂ ਨੂੰ ਜਿਹੜਾ ਆ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਡਿਫਾਈਨ ਕੀਤਾ ਹੁੰਦਾ ਆ। ਸੋ ਸੇਮ ਉਸੇ ਤਰੀਕੇ ਦੇ ਨਾਲ ਇੰਗਲਿਸ਼ ਦੇ ਵਿੱਚ ਵੀ ਹੁੰਦਾ ਆ ਕਿ ਤੁਸੀਂ ਜਿਹੜੇ ਵਰਡਸ ਨੇ, ਜਿਹੜੇ ਐਲਫਾਬੈਟਸ ਨੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬੋਲ ਰਹੇ ਹੋ, ਉਚਾਰ ਰਹੇ ਹੋ, ਉਹਨਾਂ ਦੇ ਆਧਾਰ ਦੇ ਉੱਤੇ ਆਪਾਂ ਇਹਨਾਂ ਨੂੰ ਅਲੱਗ ਰੱਖਿਆ ਹੋਇਆ। ਜਿਵੇਂ ਆਪਣੇ ਕੋਲ ਜਿਹੜੇ ਪਲੋਸਿਵ ਸਾਊਂਡ ਹੁੰਦਾ ਆ ਤਾਂ ਪਲੋਸਿਵ ਉਹ ਵਾਲੇ ਵਰਡਸ ਹੁੰਦੇ ਨੇ, ਤੁਸੀਂ ਪਲੋਸਿਵ ਦੇ ਪੀ ਤੋਂ ਹੀ ਯਾਦ ਰੱਖੋ, ਜਦੋਂ ਆਪਾਂ ਪੀ ਵਰਗੇ ਸ਼ਬਦ ਨੂੰ ਬੋਲਦੇ ਹਾਂ ਤਾਂ ਕੀ ਹੁੰਦਾ, ਸਭ ਤੋਂ ਪਹਿਲਾਂ ਹਵਾ ਨੂੰ ਰੋਕਿਆ ਜਾਂਦਾ, ਫਿਰ ਇੱਕੇਦਮ ਜਿਹੜਾ ਆ ਮੂੰਹ ਖੋਲ੍ਹ ਕੇ ਹਵਾ ਬਾਹਰ ਕੱਢੀ ਜਾਂਦੀ ਆ, ਤਾਂ ਉਹਦੇ ਨਾਲ ਇਹਨਾਂ ਵਰਡਸ ਦਾ ਉਚਾਰਨ ਹੁੰਦਾ ਆ। ਸੋ ਜਿਵੇਂ ਪੀ ਹੋ ਗਿਆ, ਪੀ ਤੋਂ ਹੀ ਯਾਦ ਰੱਖ ਲਿਓ, ਪਲੋਸਿਵ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸ਼ਬਦਾਂ ਨੂੰ ਉਚਾਰਦੇ ਸਮੇਂ ਹਵਾ ਜਿਹੜੀ ਆ ਇੱਕੇਦਮ ਬਾਹਰ ਜਾਂਦੀ ਆ। ਇਹੀ ਜੇ ਆਪਾਂ ਗੱਲ ਕਰੀਏ ਐਫਰੀਕੇਟ ਦੀ,
ਐਫਰੀਕੇਟ ਕਿਹੜੇ ਵਰਡਸ ਹੁੰਦੇ ਨੇਗੇ? ਇਹ ਬੇਸਿਕਲੀ ਉਹ ਵਾਲੇ ਵਰਡਸ ਹੁੰਦੇ ਨੇ ਜਿਨ੍ਹਾਂ ਨੂੰ ਉਚਾਰਨ ਕਰਨ ਦੇ ਸਮੇਂ, ਠੀਕ ਹੈ, ਕਈ ਵਾਰ ਕੀ ਹੁੰਦਾ ਜਿਵੇਂ ਆਪਣੇ ਕੋਲ ਆਪਾਂ ਵਰਡ ਲਿਖਦੇ ਹਾਂ ਚੇਅਰ, ਜਾਂ ਆਪਾਂ ਲਿਖਦੇ ਹਾਂ ਸ਼ੀਪ, ਜਾਂ ਆਪਾਂ ਲਿਖਦੇ ਹਾਂ ਚੋਕਲੇਟ, ਠੀਕ ਹੈ। ਤਾਂ ਤੁਸੀਂ ਇਹਦੇ ਵਿੱਚ ਦੇਖੋ ਕਿ ਆਹ ਜਿਹੜੇ ਦੋ ਵਰਡ ਨੇ ਇਹਨਾਂ ਦੋਨਾਂ ਨੇ ਮਿਲ ਕੇ ਆਪਣੇ ਆਪਣਾ ਜਿਹੜਾ ਓਰਿਜਿਨਲ ਸਾਊਂਡ ਸੀਗਾ ਉਹਨੂੰ ਛੱਡਤਾ। ਹੁਣ ਵੈਸੇ ਤਾਂ ਆਪਾਂ ਇਹਨੂੰ ਤਾਂ ਇਕੱਲਾ ਸੀ ਕਹਿੰਦੇ ਹਾਂ, ਸ ਕਹਿ ਦਿੰਦੇ ਹਾਂ ਜਾਂ ਕ ਕਹਿ ਦਿੰਦੇ ਹਾਂ, ਇਹਨੂੰ ਆਪਾਂ ਹ ਕਹਿੰਦੇ ਹਾਂ, ਹੈ ਨਾ, ਇਹਨੂੰ ਆਪਾਂ ਹ ਕਹਿੰਦੇ, ਪਰ ਇਹ ਦੋਨੋਂ ਮਿਲ ਕੇ ਜਿਹੜੇ ਆ ਚ ਦੇ ਸਾਊਂਡ ਦੇ ਰਹੇ ਨੇ। ਸੋ ਜਦੋਂ ਆਪਣੇ ਕੋਲ ਕੁਝ ਐਲਫਾਬੈਟਸ ਮਿਲ ਕੇ ਆਪਣਾ ਓਰਿਜਿਨਲ ਸਾਊਂਡ ਛੱਡ ਕੇ ਕੋਈ ਹੋਰ ਸਾਊਂਡ ਦੇਣਾ ਸ਼ੁਰੂ ਕਰਦੇ ਨੇ ਤਾਂ ਉਹਨੂੰ ਅਸੀਂ ਐਫਰੀਕੇਟ ਕਹਿ ਦਿੰਦੇ ਹਾਂ। ਨੇਜ਼ਲ ਕਿਹੜੇ ਸਾਊਂਡ ਹੁੰਦੇ ਨੇ? ਨੇਜ਼ਲ ਸਾਊਂਡ ਹੁੰਦੇ ਨੇ ਜਦੋਂ ਪ੍ਰੋਨਾਂਸੀਏਸ਼ਨ ਦੇ ਦੌਰਾਨ ਜਿਹੜੀ ਹਵਾ ਆ ਉਹ ਮੂੰਹ ਚੋਂ ਨਾ ਨਿਕਲਦੇ ਹੋਏ ਨੱਕ ਚੋਂ ਨਿਕਲਦੀ ਆ, ਤਾਂ ਉਹਨਾਂ ਨੂੰ ਆਪਾਂ ਨੇਜ਼ਲ ਕਹਿ ਦਿੰਦੇ ਹਾਂ। ਤਾਂ ਨੋਇਸ ਦੇ ਵਿੱਚ ਜਿਹੜਾ ਐਨ ਸਾਊਂਡ ਆ ਇਹ ਵੀ ਕੁਝ ਇਦਾਂ ਦਾ ਹੀ ਆ, ਸੋ ਇਹਦਾ ਆਨਸਰ ਤਾਂ ਹੈਗਾ ਨੇਜ਼ਲ। ਹੁਣ ਜਿਹੜਾ ਲੇਟਰਲ ਹੁੰਦਾ ਆ, ਲੇਟਰਲ ਤੇ ਤੁਸੀਂ ਐਲ ਤੋਂ ਹੀ ਯਾਦ ਰੱਖ ਸਕਦੇ ਹੋ। ਕੁਝ ਜਿਹੜੇ ਐਲਫਾਬੈਟਸ ਹੁੰਦੇ ਨੇ ਉਹਨਾਂ ਨੂੰ ਪ੍ਰੋਨਾਂਸੀਏਟ ਕਰਨ ਦੇ ਟਾਈਮ ਪੀਰੀਅਡ ਦੇ ਉੱਤੇ ਕੀ ਹੁੰਦਾ ਕਿ ਜਿਹੜੀ ਹਵਾ ਹੁੰਦੀ ਆ ਨਾ, ਜਿਵੇਂ ਆਪਾਂ ਜਦੋਂ ਲੇਟਰਲ ਵਰਡ ਬੋਲਦੇ ਆ ਤਾਂ ਕੀ ਹੁੰਦਾ ਕਿ ਟੰਗ ਨੇ ਫਰੰਟ ਤੋਂ ਤਾਂ ਹਵਾ ਨੂੰ ਰੋਕ ਲਿਆ, ਤੇ ਟੰਗ ਦਾ ਜਿਹੜਾ ਸਾਈਡ ਵਾਲਾ ਹਿੱਸਾ ਹੁੰਦਾ ਉੱਥੋਂ ਹਵਾ ਨਿਕਲਦੀ ਆ ਜਿਹਦੇ ਕਰਕੇ ਕੋਈ ਸਾਊਂਡ ਪ੍ਰੋਡਿਊਸ ਹੁੰਦਾ ਆ, ਹੈ ਨਾ। ਸੋ ਲੇਟਰਲ ਉਹਨਾਂ ਨੂੰ ਕਿਹਾ ਜਾਂਦਾ ਆ, ਠੀਕ ਹੈ ਜੀ। ਸੋ ਇਹਦਾ ਜਿਹੜਾ ਆਨਸਰ ਹੈ ਉਹ ਆਜੂਗਾ ਨੇਜ਼ਲ, ਠੀਕ ਹੈ, ਨੇਜ਼ਲ ਇਹਦਾ ਆਨਸਰ ਆਜੂਗਾ। ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਅਗਲਾ ਜਿਹੜਾ ਸਾਨੂੰ ਸਵਾਲ ਪੁੱਛਿਆ ਗਿਆ ਸੀਗਾ ਉਹ ਸੀਗਾ, ਕਹਿੰਦੇ ਦ ਗੋਲ ਆਫ ਇੰਗਲਿਸ਼ ਲੈਂਗੁਏਜ ਲਰਨਿੰਗ ਐਟ ਪ੍ਰਾਇਮਰੀ ਲੈਵਲ ਇਜ਼, ਪ੍ਰਾਇਮਰੀ ਲੈਵਲ ਦੇ ਉੱਤੇ ਜੇ ਤੁਸੀਂ ਅੰਗਰੇਜ਼ੀ ਸਿਖਾ ਰਹੇ ਹੋ ਤਾਂ ਉਹਦਾ ਤੁਹਾਡਾ ਗੋਲ ਕੀ ਹੋਣਾ ਚਾਹੀਦਾ, ਕੀ ਗੋਲ ਹੁੰਦਾ ਆ, ਠੀਕ ਹੈ। ਸੋ ਪਹਿਲਾਂ ਆਪਣੇ ਕੋਲ ਗੋਲ ਦਿੱਤਾ ਹੋਇਆ ਅਟੇਨਮੈਂਟ ਆਫ ਬੇਸਿਕ ਪ੍ਰੋਫੈਂਸੀ ਐਜ਼ ਇਟ ਰਿਕੁਆਇਰਡ ਇਨ ਨੈਚੁਰਲ ਲੈਂਗੁਏਜ ਲਰਨਿੰਗ, ਐਂਡ ਸੈਕਿੰਡ ਦਿੱਤਾ ਹੋਇਆ ਡਿਵੈਲਪਮੈਂਟ ਆਫ ਲੈਂਗੁਏਜ ਇੰਟੂ ਐਨ ਇੰਸਟਰੂਮੈਂਟ ਫੋਰ ਦ ਨੌਲੇਜ ਐਕੁਸੀਸ਼ਨ। ਇਹ ਦੋਨੋਂ ਚੀਜ਼ਾਂ ਹੀ ਚਾਹੁੰਦੇ ਹੋ ਤੁਸੀਂ, ਚਾਹੁੰਦੇ ਹੋ ਕਿ ਬੱਚਾ ਜਿਹੜਾ ਆ ਉਹ ਇੰਗਲਿਸ਼ ਭਾਸ਼ਾ ਦੇ ਵਿੱਚ ਫਲੂਐਂਟ ਵੀ ਹੋ ਜਾਵੇ, ਇੰਗਲਿਸ਼ ਨੂੰ ਐਜ਼ ਅ ਭਾਸ਼ਾ ਵੀ ਜਾਣ ਲਵੇ, ਬੋਲ ਲਵੇ, ਸਮਝ ਲਵੇ, ਤੇ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਇੰਗਲਿਸ਼ ਭਾਸ਼ਾ ਨੂੰ ਸਿੱਖ ਕੇ ਉਹ ਆਪਣੇ ਬਾਕੀ ਸਬਜੈਕਟਾਂ ਦੇ ਵਿੱਚ ਆਪਣੀ ਨੌਲੇਜ ਨੂੰ ਵਧਾ ਸਕੇ। ਸੋ ਇਹ ਦੋਨੋਂ ਦੀਆਂ ਦੋਨੋਂ ਚੀਜ਼ਾਂ ਹੀ ਰਿਕੁਆਇਰਡ ਹੁੰਦੀਆਂ ਨੇ, 1 ਐਂਡ 2 ਦੋਨੋਂ ਹੀ ਹੋਣਗੇ। ਸਾਨੂੰ ਜਿਹੜੀ ਭਾਸ਼ਾ ਦੀ ਜ਼ਰੂਰਤ ਆ ਉਹ ਸਿਰਫ ਔਰ ਸਿਰਫ ਭਾਸ਼ਾ ਨੂੰ ਸਮਝਣ ਵਾਸਤੇ ਨਹੀਂ ਹੈਗੀ, ਬਲਕਿ ਇਸ ਵਾਸਤੇ ਵੀ ਹੈ ਕਿ ਅਸੀਂ ਉਸ ਭਾਸ਼ਾ ਨੂੰ ਯੂਜ਼ ਕਰਕੇ ਬਾਕੀ ਸਬਜੈਕਟਾਂ ਦੇ ਵਿੱਚ ਆਪਣੀ ਨੌਲੇਜ ਦਾ ਵਾਧਾ ਕਰ ਲਈਏ। ਅਗਲਾ ਜਿਹੜਾ ਸਾਡੇ ਕੋਲ ਸਵਾਲ ਸੀਗਾ, ਦ ਬੋਡੀ ਆਫ ਐਮਪਰੀਕਲ ਐਮਪਰੀਕਲ ਰੂਲਸ ਵਿੱਚ ਐਕਸਪਲੇਨ ਐਂਡ ਰੈਗੂਲੇਟ ਦ ਸਟਰਕਚਰ ਆਫ ਦ ਸੈਂਟੈਂਸ। ਸ਼ੁਰੂ ਤੋਂ ਹੀ ਪੜ੍ਹਦੇ ਆਏ ਹਾਂ ਕਿ ਸਾਡੀ ਭਾਸ਼ਾ ਦੇ ਵਿੱਚ ਸੈਂਟੈਂਸ ਨੂੰ ਕਿਸ ਤਰੀਕੇ ਦੇ ਨਾਲ ਫੋਰਮ ਕਰਨਾ, ਕਿਸ ਤਰੀਕੇ ਦੇ ਨਾਲ ਸੈਂਟੈਂਸ ਬਣਦੇ ਨੇ ਉਹਨਾਂ ਨੂੰ ਸਮਝਣ ਵਾਸਤੇ ਅਸੀਂ ਕਿਹਨੂੰ ਫੋਲੋ ਕਰਦੇ ਹਾਂ? ਗ੍ਰਾਮਰ ਨੂੰ, ਹੈ ਨਾ। ਸੋ ਗ੍ਰਾਮਰ ਹੀ ਬੇਸਿਕਲੀ ਕੀ ਹੁੰਦੀ ਆ? ਸੈਟ ਆਫ ਰੂਲਸ ਹੁੰਦੀ ਆ ਕਿਸੇ ਵੀ ਭਾਸ਼ਾ ਨੂੰ ਸਾਨੂੰ ਸ਼ੁੱਧ ਰੂਪ ਦੇ ਵਿੱਚ ਸਿਖਾਉਣ ਦਾ ਕੰਮ ਕਰਦੀ ਆ। ਅਗਲੇ ਸਵਾਲ ਵੱਲ ਵੱਧਦੇ ਹਾਂ। ਸੋ ਨੈਕਸਟ ਜਿਹੜਾ ਸਵਾਲ ਹੈ ਉਹ ਸਾਡੇ ਤੋਂ ਪੁੱਛਿਆ ਗਿਆ ਸੀਗਾ, ਵਿਚ ਆਫ ਦ ਫੋਲੋਇੰਗ ਇਜ਼ ਨੋਟ ਦ ਵੈਲਿਊ ਆਫ ਟੀਚਿੰਗ ਪੋਇਟਰੀ। ਦੇਖੋ ਜਦੋਂ ਆਪਾਂ ਨਾ ਇਹਦੀ ਇੰਗਲਿਸ਼ ਲਿਟਰੇਚਰ ਦੀ ਗੱਲ ਕਰਦੇ ਹਾਂ ਤਾਂ ਇੰਗਲਿਸ਼ ਲਿਟਰੇਚਰ ਦੇ ਵਿੱਚ ਆਪਣੇ ਕੋਲ ਸਟੋਰੀਜ਼, ਪੋਇਟਰੀ, ਹੈ ਨਾ, ਬਹੁਤ ਅਲੱਗ ਅਲੱਗ ਚੀਜ਼ਾਂ ਪਈਆਂ ਹੁੰਦੀਆਂ ਨੇ, ਨੋਵਲਸ ਹੁੰਦੇ ਨੇ, ਹਰੇਕ ਦਾ ਆਪਣਾ ਇੱਕ ਅਲੱਗ ਐਕਸਪ੍ਰੈਸ਼ਨ ਹੁੰਦਾ ਆ। ਹੁਣ ਜਿਹੜੀ ਪੋਇਟਰੀ ਹੁੰਦੀ ਆ ਬਹੁਤ ਸੌਫਟ ਹੁੰਦੀ ਆ, ਹੈ ਨਾ, ਪੋਇਟਰੀ ਦੇ ਨਾਲ ਸਾਡੇ ਅੰਦਰ ਇਮੋਸ਼ਨਸ ਵੀ ਆਪਣੇ ਆਪ ਜਾਗਦੇ ਨੇ, ਪੋਇਟਰੀ ਸਾਡੇ ਅੰਦਰ ਇੱਕ ਐਕਸਪ੍ਰੈਸ਼ਨਸ ਨੂੰ ਵੀ ਕਲੀਅਰ ਕਰਦੀ ਆ, ਹੈ ਨਾ, ਪੋਇਟਰੀ ਦੇ ਨਾਲ ਇੱਕ ਰਾਈਮਿੰਗ ਵੀ ਹੁੰਦੀ ਆ, ਹੈ ਨਾ, ਪੋਇਟਰੀ ਨੂੰ ਆਪਾਂ ਗਾਉਂਦੇ ਵੀ ਹਾਂ, ਅਤੇ ਆਪ ਮੁਹਾਰੇ ਹੀ ਹੁੰਦਾ ਕਿ ਇਹਦੇ ਨਾਲ ਆਪਣੇ ਜਿਹੜੇ ਇਮੋਸ਼ਨਸ ਨੇ ਉਹ ਬਾਹਰ ਨਿਕਲ ਕੇ ਆ ਰਹੇ ਹੁੰਦੇ ਨੇ। ਸੋ ਇਹਨਾਂ ਨੇ ਕਿਹਾ ਕਿ ਇਹਨਾਂ ਵਿੱਚੋਂ ਕਿਹੜੀ ਜਿਹੜੀ ਇੱਕ ਚੀਜ਼ ਆ ਉਹ ਪੋਇਟਰੀ ਦੀ ਵੈਲਿਊ ਨਹੀਂ ਹੈਗੀ, ਮਤਲਬ ਉਹਦਾ ਪੋਇਟਰੀ ਨਾਲ ਕੋਈ ਲੈਣਾ ਦੇਣਾ ਨਹੀਂ। ਪਹਿਲਾ ਆਪਸ਼ਨ ਹੈ ਜੀ ਸਬਲੀਮੇਟ ਇਮੋਸ਼ਨ, ਇਮੋਸ਼ਨਸ ਨੂੰ ਤਾਂ ਸਬਲੀਮੇਟ ਕਰਦੀ ਹੈ, ਇਸੇ ਕਰਕੇ ਤਾਂ ਕਵਿਤਾ ਲਿਖੀ ਜਾਂਦੀ ਹੈ। ਤੁਸੀਂ ਅੱਜ ਤੱਕ ਕਦੇ ਸੁਣਿਆ ਕਿ ਕਿਸੇ ਬੰਦੇ ਨੇ
ਜਿਹਨੂੰ ਵੀ ਉਹ ਪਸੰਦ ਕਰਦਾ ਹੈ ਉਹਨੂੰ ਕਹਾਣੀ ਸੁਣਾ ਕੇ ਉਹ ਕੀਤਾ ਹੋਵੇ ਤਾਂ ਪੋਇਟਰੀ ਆ, ਹੈ ਨਾ। ਤੁਸੀਂ ਆਮ ਤੌਰ 'ਤੇ ਦੇਖਦੇ ਹੋ ਕਿ ਜਿਹੜੀ ਕਿਸੇ ਨੂੰ ਕੁਛ, ਜੇ ਕਿਸੇ ਵਿਅਕਤੀ ਨੂੰ ਕੋਈ ਦੂਸਰਾ ਵਿਅਕਤੀ ਪਸੰਦ ਆ, ਹੈ ਨਾ, ਤਾਂ ਉਹ ਉਹਨੂੰ ਪੋਇਟਰੀ ਦੇ ਰਾਹੀਂ ਹੀ ਆਪਣੀ ਗੱਲ ਪਹੁੰਚਣੀ ਕਰਦਾ ਆ। ਸੋ ਪੋਇਟਰੀ ਇਮੋਸ਼ਨਸ ਨੂੰ ਤਾਂ ਸਬਲੀਮੇਟ ਕਰੂਗੀ, ਐਸਥੈਟਿਕ ਪਲੇਜ਼ਰ ਵੀ ਦਊਗੀ, ਕਿਉਂਕਿ ਜੋ ਜਿਵੇਂ ਜਿਵੇਂ ਤੁਸੀਂ ਪੋਇਟਰੀ ਪੜ੍ਹਦੇ ਹੋ, ਬਹੁਤ ਸਾਰੀ ਪੋਇਟਰੀ ਜਿਹੜੀ ਹੈ, ਜਿਵੇਂ ਰੋਮੈਂਟਿਕ ਪੋਇਟਰੀ ਹੁੰਦੀ ਹੈ, ਜਾਂ ਫਿਰ ਆਪਣੇ ਕੋਲ ਕਹਿ ਦਿਓ ਕਿ ਬਹੁਤ ਜਿਹੜੀ ਪੋਇਟਰੀ ਹੁੰਦੀ ਆ ਉਹ ਕਿਸੇ ਨੈਸ਼ਨਲ ਫੀਲਿੰਗ ਨੂੰ ਲੈ ਕੇ ਹੁੰਦੀ ਆ, ਸੋ ਪੋਇਟਰੀ ਜਿਹੜੀ ਆ ਉਹ ਸਾਡੇ ਅੰਦਰ ਜਿਹੜਾ ਆ ਇੱਕ ਐਸਥੈਟਿਕ ਪਲੇਜ਼ਰ ਵੀ ਲੈ ਕੇ ਆਉਂਦੀ ਆ, ਇਮੈਜੀਨੇਸ਼ਨ ਵੀ ਆਉਂਦੀ ਆ, ਕਿਉਂਕਿ ਤੁਸੀਂ ਆਮ ਤੌਰ 'ਤੇ ਦੇਖਿਆ ਹੋਊਗਾ ਕਈ ਕਵਿਤਾਵਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੜ੍ਹਦੇ ਪੜ੍ਹਦੇ ਬੰਦਾ ਇਹ ਭੁੱਲ ਜਾਂਦਾ ਵੀ ਮੈਂ ਕਮਰੇ ਦੇ ਵਿੱਚ ਬੈਠਾ ਆ। ਉਹ ਜਿਸ ਮਾਹੌਲ ਬਾਰੇ ਕਵਿਤਾ ਪੜ੍ਹ ਰਿਹਾ ਹੁੰਦਾ ਆ ਉਹ ਉਸੇ ਮਾਹੌਲ ਦੇ ਵਿੱਚ ਚਲਾ ਜਾਂਦਾ ਆ। ਸੋ ਆਪਣੇ ਕੋਲ ਜਿਹੜੀ ਪੋਇਟਰੀ ਆ ਉਹ ਮੋਨੋਟੋਨਸ ਨਹੀਂ ਹੁੰਦੀ। ਮੋਨੋਟੋਨਸ ਦਾ ਕੀ ਮਤਲਬ ਹੁੰਦਾ? ਜਿਹਦੀ ਇੱਕ ਲੈ ਤਾਲ ਹੋਵੇ, ਤਾਲ ਨਾ ਹੋਵੇ, ਬਸ ਇੱਕੋ ਵਾਰੀ ਪੜ੍ਹੀ ਜਾਵੇ ਤੇ ਬੜੀ ਬੋਰਿੰਗ ਜੀ ਹੋਵੇ, ਹੈ ਨਾ। ਸੋ ਮੋਨੋਟੋਨਸ ਨਹੀਂ ਹੁੰਦੀ, ਡੀ ਆਪਸ਼ਨ ਜਿਹੜਾ ਆ ਉਹ ਸਹੀ ਆ ਜਾਊਗਾ। ਨੈਕਸਟ ਕੁਐਸਚਨ ਹੈ ਜੀ, ਇਨ ਡੈਸ਼ ਮੈਥਡ ਆਫ ਟੀਚਿੰਗ ਆਫ ਗ੍ਰਾਮਰ ਐਗਜ਼ਾਮਪਲਸ ਆਰ ਪਲੇਸਡ ਹੇਅਰ ਟੂ ਦਾ ਸਟੂਡੈਂਟਸ ਹੂ ਡਰਾ ਦੇਅਰ ਓਨ ਕਨਕਲੂਜ਼ਨ। ਸੋ ਅਲੱਗ ਅਲੱਗ ਟੀਚਿੰਗ ਦੇ ਮੈਥਡ ਆਪਾਂ ਡਿਸਕਸ ਕਰਦੇ ਹੁੰਦੇ ਹਾਂ ਤਾਂ ਉਹਨਾਂ ਦੇ ਵਿੱਚ ਨਾ ਆਪਣੇ ਕੋਲ ਇਹ ਮੈਥਡ ਜਿਹੜੇ ਨੇ ਇਹ ਆ ਜਾਂਦੇ ਨੇ। ਸੋ ਇਕੱਲੇ ਇਕੱਲੇ ਮੈਥਡ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ, ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕਿ ਇਕੱਲੇ ਇਕੱਲੇ ਮੈਥਡ ਦਾ ਕੀ ਮੀਨਿੰਗ ਹੈ। ਤਾਂ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਡਿਡਕਟਿਵ ਜਿਹੜਾ ਸਾਡੇ ਕੋਲ ਮੈਥਡ ਹੁੰਦਾ ਆ, ਇਸ ਮੈਥਡ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਆ ਕਿ ਇਸ ਮੈਥਡ ਦੇ ਵਿੱਚ ਨਾ ਜਿਹੜੇ ਸਟੂਡੈਂਟਸ ਹੁੰਦੇ ਨੇ, ਜਿਹੜਾ ਟੀਚਰ ਹੁੰਦਾ ਆ, ਉਹ ਖੁਦ ਸਾਰਾ ਦਾ ਸਾਰਾ ਸਿਸਟਮ ਜਿਹੜਾ ਆ ਉਹ ਦੱਸ ਰਿਹਾ ਹੁੰਦਾ ਆ, ਖੁਦ ਸਾਰਾ ਦਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐਕਸਪਲੇਨ ਕਰ ਰਿਹਾ ਹੁੰਦਾ ਆ, ਠੀਕ ਹੈ। ਸੋ ਇਹ ਵਾਲਾ ਮੈਥਡ ਜਿਹੜਾ ਆ ਇਸ ਆਪਸ਼ਨ ਦੇ ਅਕੋਰਡਿੰਗਲੀ ਬਿਲਕੁਲ ਗਲਤ ਹੋ ਜਾਊਗਾ। ਜਿਹੜਾ ਸਾਡੇ ਕੋਲ ਇੰਡਕਟਿਵ ਹੁੰਦਾ ਆ, ਇੰਡਕਟਿਵ ਦੇ ਵਿੱਚ ਹੁੰਦਾ ਆ ਕਿ ਤੁਸੀਂ ਨਾ ਉਹਦੇ ਅੰਦਰ ਇੰਡਿਊਸ ਕਰ ਰਹੇ ਹੋ, ਇੰਡਿਊਸ ਕਰ ਰਹੇ ਹੋ, ਠੀਕ ਹੈ, ਚੀਜ਼ਾਂ ਨੂੰ ਤੁਸੀਂ ਉਹਨੂੰ ਐਕਸਪਲੇਨ ਕਰ ਰਹੇ ਹੋ, ਤੁਸੀਂ ਅੰਦਰੋਂ ਉਹਨੂੰ ਜਾਗਰੂਕ ਕਰ ਰਹੇ ਹੋ ਕਿ ਉਹ ਕੁਛ ਕਰੇ। ਪ੍ਰਿਸਕ੍ਰਿਪਸ਼ਨ ਦੇ ਵਿੱਚ ਕੀ ਹੁੰਦਾ? ਤੁਸੀਂ ਦੇਖਦੇ ਹੋ ਕਿ ਬੱਚਾ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਸਮਝੂਗਾ, ਕਿਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਜਾਣੂਗਾ, ਉਹਨਾਂ ਦੇ ਉਹਦੇ ਇੰਟਰਸਟ ਕੀ ਆ ਬੱਚੇ ਦੇ, ਠੀਕ ਹੈ। ਇੰਟਰਸਟ ਦੇ ਬੇਸਿਸ ਦੇ ਉੱਤੇ ਜਿਹੜਾ ਆ ਤੁਸੀਂ ਪ੍ਰਿਸਕ੍ਰਿਪਟਿਵ ਮੈਥਡ ਲੈ ਕੇ ਚੱਲਦੇ ਹੋ। ਇਸ ਮੈਥਡ ਦੀ ਜੇ ਆਪਾਂ ਖਾਸੀਅਤ ਦੀ ਗੱਲ ਕਰੀਏ ਤਾਂ ਤੁਸੀਂ ਜਿਹੜੇ ਆਪਣੇ ਪੂਰੇ ਦੇ ਪੂਰੇ ਸਟਾਈਲ ਡਿਜ਼ਾਈਨ ਕਰਨੇ ਨੇ, ਸਾਰੀਆਂ ਚੀਜ਼ਾਂ ਜਿਹੜੀਆਂ ਡਿਜ਼ਾਈਨ ਕਰਨੀਆਂ ਨੇ, ਉਹਨਾਂ ਚੀਜ਼ਾਂ ਦੇ ਬੇਸਿਸ ਦੇ ਉੱਤੇ ਤੁਸੀਂ ਜਿਹੜਾ ਆ ਇਹ ਦੱਸਦੇ ਹੋ ਕਿ ਜਿਹੜਾ ਇੱਕ ਡਿਸਕ੍ਰਿਪਟਿਵ ਮੈਥਡ ਹੁੰਦਾ ਆ, ਹੈ ਨਾ, ਪ੍ਰਿਸਕ੍ਰਿਪਟਿਵ ਮੈਥਡ ਦੇ ਵਿੱਚ ਕਿ ਬਈ ਬੱਚਾ, ਕਿਉਂਕਿ ਤੁਹਾਡੀ ਕਲਾਸ ਦੇ ਵਿੱਚ ਸਾਰੇ ਦੇ ਸਾਰੇ ਬੱਚੇ ਜਿਹੜੇ ਨੇ ਉਹ ਸੇਮ ਤਾਂ ਹੋਣੇ ਨਹੀਂ, ਹੈ ਨਾ, ਤੁਹਾਡੀ ਕਲਾਸ ਦੇ ਵਿੱਚ ਸਾਰੇ ਦੇ ਸਾਰੇ ਬੱਚੇ ਜਿਹੜੇ ਨੇ ਉਹ ਸੇਮ ਤਾਂ ਹੋਣੇ ਨਹੀਂ, ਤਾਂ ਉਹ ਜਿਹੜੇ ਬੱਚੇ ਹੁੰਦੇ ਨੇ ਉਹ ਬੇਸਿਕਲੀ ਕੀ ਕਰਦੇ ਨੇ ਕਿ ਬਈ ਤੁਸੀਂ ਪਹਿਲਾਂ ਦੇਖਦੇ ਹੋ ਕਿ ਬੱਚੇ ਦਾ ਇੰਟਰਸਟ ਕਾਹਦੇ 'ਚ ਆ, ਠੀਕ ਹੈ, ਫਿਰ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਇੱਕ ਮੈਥਡ ਆ ਉਹ ਦੇਖਦੇ ਹੋ। ਹੁਣ ਜਿਹੜਾ ਡਿਸਕ੍ਰਿਪਟਿਵ ਮੈਥਡ ਹੁੰਦਾ, ਫੋਰਥ ਜਿਹੜਾ ਆਪਣੇ ਕੋਲ ਮੈਥਡ ਹੁੰਦਾ, ਜੇ ਆਪਾਂ ਡਿਸਕ੍ਰਿਪਟਿਵ ਮੈਥਡ ਦੀ ਗੱਲ ਕਰੀਏ ਤਾਂ ਇਹ ਜਿਹੜਾ ਡਿਸਕ੍ਰਿਪਟਿਵ ਮੈਥਡ ਆ ਇਹਦੇ 'ਚ ਤੁਸੀਂ ਕੀ ਕਰਦੇ ਹੋ ਕਿ ਮੰਨ ਲਓ ਤੁਸੀਂ ਆਪਣੇ ਬੱਚੇ ਨੂੰ ਕੋਈ ਐਕਟੀਵਿਟੀ ਕਰਾਉਣਾ ਚਾਹੁੰਦੇ ਹੋ, ਉਸ ਐਕਟੀਵਿਟੀ ਨੂੰ ਤੁਸੀਂ ਸਭ ਤੋਂ ਪਹਿਲਾਂ ਕੀ ਕੀਤਾ? ਉਸ ਐਕਟੀਵਿਟੀ ਨੂੰ ਤੁਸੀਂ ਬੱਚੇ ਨੂੰ ਐਕਸਪਲੇਨ ਕਰਤਾ, ਠੀਕ ਹੈ, ਉਹਨੂੰ ਡਿਸਕ੍ਰਾਈਬ ਕਰਤਾ। ਡਿਸਕ੍ਰਾਈਬ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹ ਬੱਚਾ ਜਿਹੜਾ ਆ, ਕਿਉਂਕਿ ਹੁਣ ਜਦੋਂ ਤੁਸੀਂ ਚੀਜ਼ਾਂ ਜਿਵੇਂ ਡਿਸਕ੍ਰਾਈਬ ਕੀਤੀਆਂ ਨੇ, ਬੱਚਾ ਐਕਟੀਵਿਟੀ ਵੀ ਤਾਂ ਉਦਾਂ ਦੀ ਕਰੂਗਾ ਨਾ। ਸੋ ਤੁਸੀਂ ਹੁਣ ਆਪ ਦੇਖੋ ਕਿ ਕਿਹੜਾ ਜਿਹੜਾ ਮੈਥਡ ਆ ਉਹ ਸੂਟੇਬਲ ਹੋਣਾ ਚਾਹੀਦਾ ਆ ਸਾਡੇ ਟੀਚਿੰਗ ਗ੍ਰਾਮਰ ਵਾਸਤੇ, ਠੀਕ ਹੈ। ਸੋ ਇਹਦੀ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ ਤੁਸੀਂ ਆਪ ਦੇਖੋ ਕਿ ਜਿਹੜਾ ਇੰਡਕਟਿਵ ਮੈਥਡ ਆ, ਇੰਡਕਟਿਵ ਮੈਥਡ ਦੀ ਜੇ ਅਸੀਂ ਗੱਲ ਕਰੀਏ ਤਾਂ ਮੈਂ ਤੁਹਾਨੂੰ ਇਹਦੇ 'ਚ ਆਲਰੇਡੀ ਐਕਸਪਲੇਨ ਕੀਤਾ ਕਿ ਬਈ ਤੁਸੀਂ ਬੱਚੇ ਦੇ ਅੰਦਰ ਇੱਕ ਕਹਿ ਦਿਓ ਕਿ ਉਹਨੂੰ ਇੰਡਿਊਸ ਕਰਤਾ, ਹੈ ਨਾ, ਉਹਨੂੰ ਥੋੜ੍ਹਾ ਜਿਹਾ ਮੋਟੀਵੇਟ ਕਰਤਾ, ਲੇਕਿਨ ਬੱਚਾ ਆਪਣੀ ਐਕਟੀਵਿਟੀ ਆਪ ਕਰ ਰਿਹਾ ਆ। ਸੋ ਕੰਡੀਸ਼ਨ ਦੇ ਅਕੋਰਡਿੰਗਲੀ ਜਿਹੜਾ ਬੀ ਆਪਸ਼ਨ ਆ ਉਹ ਬਿਲਕੁਲ ਸਹੀ ਆ ਜਾਊਗਾ। ਸੋ ਤੁਹਾਨੂੰ ਸਾਰੇ ਦੇ ਸਾਰੇ ਮੈਥਡ ਪਤਾ ਲੱਗ ਗਏ ਹੋਣਗੇ, ਹਾਲਾਂਕਿ ਜਦੋਂ ਆਪਾਂ ਇਹਨਾਂ ਨੂੰ ਡਿਟੇਲ ਦੇ ਵਿੱਚ ਕਰਦੇ ਹਾਂ ਨਾ
ਜਦੋਂ ਆਪਾਂ ਨੂੰ ਐਜ਼ ਅ ਥਿਊਰੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹਨਾਂ ਦੇ ਉੱਤੇ ਐਨ ਪੂਰਾ ਵਧੀਆ ਡਿਟੇਲ ਦੇ ਵਿੱਚ ਦੋ ਤਿੰਨ ਲੈਕਚਰ ਤਿਆਰ ਕੀਤੇ ਹੋਏ ਨੇ, ਉਹਨਾਂ ਨੂੰ ਜਦੋਂ ਜਾ ਕੇ ਤੁਸੀਂ ਸੁਣੋਗੇ ਉੱਥੇ ਤੁਹਾਡੀ ਹੋਰ ਵੀ ਜ਼ਿਆਦਾ ਕਲੈਰਿਟੀ ਹੋ ਜੂਗੀ। ਠੀਕ ਹੈ, ਸੋ ਇੱਥੇ ਮੈਂ ਤੁਹਾਨੂੰ ਇੱਕ ਬੇਸਿਕ ਆਈਡੀਆ ਦਿੱਤਾ ਹੈ, ਹੋਪਫੁਲੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਅੱਗੇ ਆਪਾਂ ਗੱਲ ਕਰਦੇ ਹਾਂ, ਕਹਿੰਦੇ ਜਿਹੜੇ ਇੰਟਰੋਡਕਟਰੀ ਗ੍ਰੀਟਿੰਗਸ ਹੁੰਦੀਆਂ ਨੇ, ਇੰਟਰੋਡਕਟਰੀ ਜਿਹੜੀਆਂ ਗ੍ਰੀਟਿੰਗਸ ਹੁੰਦੀਆਂ ਨੇ ਕਿਸੇ ਵੀ ਲੈਟਰ ਦੇ ਵਿੱਚ, ਠੀਕ ਹੈ, ਉਹ ਕੀ ਹੁੰਦਾ ਹੈ, ਕੀ ਉਹਦੀ ਹੈਡਿੰਗ ਹੁੰਦੀ ਹੈ, ਕੀ ਉਹਦਾ ਸੈਲੂਟੇਸ਼ਨ ਹੁੰਦਾ, ਕੀ ਉਹਦੀ ਬਾਡੀ ਹੁੰਦੀ ਹੈ, ਕੀ ਉਹਦਾ ਸਬਸਕ੍ਰਿਪਸ਼ਨ ਹੁੰਦਾ ਹੈ। ਠੀਕ ਹੈ ਜੀ, ਸੋ ਇੱਕ ਜਿਹੜਾ ਲੈਟਰ ਹੁੰਦਾ ਨਾ ਉਹਦੇ ਵਿੱਚ ਜਿਹੜੀ ਸਭ ਤੋਂ ਉੱਪਰ ਹੁੰਦਾ, ਜਿਹੜਾ ਆਪਾਂ ਟੂ ਦਾ ਪ੍ਰਿੰਸੀਪਲ ਵਗੈਰਾ ਜੋ ਵੀ ਲਿਖਦੇ ਹਾਂ ਉਹਨੂੰ ਆਪਾਂ ਹੈਡਿੰਗ ਕਹਿ ਦਿੰਦੇ ਹਾਂ। ਜਿਹੜਾ ਉਸ ਤੋਂ ਬਾਅਦ ਡੀਅਰ ਸਰ, ਰਿਸਪੈਕਟਡ ਸਰ, ਇਹੋ ਜਿਹਾ ਕੁਝ ਲਿਖਦੇ ਹਾਂ ਉਹਨੂੰ ਕਹਿੰਦੇ ਆਪਾਂ ਸੈਲੂਟੇਸ਼ਨ। ਸੋ ਇੰਟਰੋਡਕਟਰੀ ਜਿਹੜੀ ਗ੍ਰੀਟਿੰਗ ਹੁੰਦੀ ਹੈ ਉਹਨੂੰ ਅਸੀਂ ਸੈਲੂਟੇਸ਼ਨ ਕਹਿ ਦਿੰਦੇ ਹਾਂ। ਜੋ ਤੁਹਾਡਾ ਮੇਨ ਪਾਰਟ ਹੁੰਦਾ ਹੈ ਜਿਹਦੇ ਵਿੱਚ ਤੁਸੀਂ ਸਾਰਾ ਦਾ ਸਾਰਾ ਮੈਥਡ ਜੋ ਵੀ ਕੰਟੈਂਟ ਹੁੰਦਾ ਉਹ ਲਿਖਿਆ ਹੁੰਦਾ ਉਹਨੂੰ ਬਾਡੀ ਕਹਿ ਦਿੰਦੇ ਹਾਂ, ਤੇ ਜੋ ਵੀ ਉਹਦਾ ਐਂਡਿੰਗ ਪਾਰਟ ਹੁੰਦਾ ਹੈ ਹਨਾ ਜਿਹਦੇ 'ਚ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਇੰਗਲਿਸ਼ ਦੇ ਵਿੱਚ ਵੀ ਤੁਹਾਡਾ ਆਗਿਆਕਾਰੀ ਹਨਾ ਜਾਂ ਫਿਰ ਯੂਅਰ ਲਵਿੰਗਲੀ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨੂੰ ਅਸੀਂ ਸਬਸਕ੍ਰਿਪਸ਼ਨ ਕਹਿ ਦਿੰਦੇ ਹਾਂ। ਠੀਕ ਹੈ ਜੀ, ਨੈਕਸਟ ਜਿਹੜਾ ਸਾਡੇ ਕੋਲ ਸਵਾਲ ਹੈ ਉਹ ਹੈ ਜੀ, ਅਕੋਰਡਿੰਗ ਟੂ ਬਿਲੋ ਡੈਸ਼ ਇਜ਼ ਅ ਮੋਰਲ ਬਿਲਡਿੰਗ ਐਂਡ ਐਨ ਇੰਟਰਸਟਿੰਗ ਬਿਲਡਿੰਗ ਐਂਟਰਪ੍ਰਾਈਜ਼ ਫੋਰ ਦਾ ਸਟੂਡੈਂਟ। ਸੋ ਕਹਿੰਦੇ ਕਿ ਬਿਲੋ ਦੇ ਅਕੋਰਡਿੰਗਲੀ ਇਹਨਾਂ ਵਿੱਚੋਂ ਕਿਹੜੀ ਇਹੋ ਜਿਹੀ ਚੀਜ਼ ਆ ਜਿਹੜੀ ਕਿ ਬੱਚਿਆਂ ਦੇ ਅੰਦਰ ਇੱਕ ਜਿਹੜੀ ਮੋਰਲ ਜਿਹੜਾ ਆ ਉਹਨੂੰ ਬਿਲਡ ਕਰਦੀ ਆ। ਠੀਕ ਹੈ, ਤਾਂ ਉਹ ਆਪਣੇ ਕੋਲ ਹੁੰਦਾ ਜੀ ਰੈਮੇਡੀਅਲ ਟੀਚਿੰਗ। ਹੁਣ ਇਹਨੂੰ ਡਿਟੇਲ ਦੇ ਵਿੱਚ ਪੜ੍ਹਨਾ ਹੋਵੇ ਤਾਂ ਮੈਨੂੰ ਅੱਧੇ ਪੌਣੇ ਘੰਟੇ ਦਾ ਟਾਈਮ ਚਾਹੀਦਾ, ਬਟ ਇੱਥੇ ਮੈਂ ਤੁਹਾਨੂੰ ਇੱਕ ਥੋੜ੍ਹਾ ਜਿਹਾ ਡਿਟੇਲ ਦੱਸ ਦਿੰਦੀ ਹਾਂ। ਰੈਮੇਡੀਅਲ ਜਿਹੜੀ ਟੀਚਿੰਗ ਹੁੰਦੀ ਆ ਇਹਦੇ ਵਿੱਚ ਬੇਸਿਕਲੀ ਕੀ ਹੁੰਦਾ ਆ ਕਿ ਤੁਸੀਂ ਇੱਕ ਰੈਮੇਡੀ ਦਾ ਕੰਮ ਕਰਦੇ ਹੋ, ਉਪਚਾਰ ਦਾ ਕੰਮ ਕਰਦੇ ਹੋ। ਤੁਸੀਂ ਉਸ ਬੱਚੇ ਨੂੰ ਸਮਝਦੇ ਹੋ, ਉਸ ਬੱਚੇ ਨੂੰ ਸਮਝ ਕੇ ਤੁਸੀਂ ਉਹਦੀ ਮਦਦ ਵੀ ਕਰਦੇ ਹੋ। ਠੀਕ ਹੈ, ਔਰ ਇਸ ਮੈਥਡ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਜਿਹੜਾ ਮੋਰੈਲ ਹੁੰਦਾ ਨਾ, ਇੱਕ ਉਹਨਾਂ ਦੀ ਆਪਣੀ ਨੈਤਿਕਤਾ ਹੁੰਦੀ ਆ, ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਫਲਰਿਸ਼ ਹੁੰਦੀ ਆ। ਠੀਕ ਹੈ ਜੀ, ਇਹਦਾ ਆਪਸ਼ਨ ਜਿਹੜਾ ਹੈ ਡੀ ਸਹੀ ਆਉਣਾ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ ਸੀ ਐਲ ਟੀ ਏ ਜਿਹੜੀ ਆ ਪੈਡਾਗੋਜੀ ਦੇ ਵਿੱਚ ਕੀ ਹੁੰਦੀ ਆ। ਸੋ ਇਹ ਹੁੰਦੀ ਹੈ ਜੀ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਅਪਰੋਚ। ਠੀਕ ਹੈ ਜੀ, ਕਿਉਂਕਿ ਕਿਸੇ ਵੀ ਭਾਸ਼ਾ ਦੇ ਵਿੱਚ ਭਾਸ਼ਾ ਕੀ ਆ ਹਨਾ, ਭਾਸ਼ਾ ਤੁਸੀਂ ਉਹਨਾਂ ਨੂੰ ਕਮਿਊਨੀਕੇਟ ਕਰਨਾ ਸਿਖਾ ਰਹੇ ਹੋ। ਸੋ ਪੈਡਾਗੋਜੀ ਦੇ ਵਿੱਚ ਅਸੀਂ ਇੱਕ ਅਲੱਗ ਅਲੱਗ ਅਪਰੋਚਿਸ ਪੜ੍ਹਦੇ ਹਾਂ ਜਿਨ੍ਹਾਂ ਦੇ ਵਿੱਚੋਂ ਕਮਿਊਨੀਕੇਟ ਕਰਕੇ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਭਾਸ਼ਾ ਸਿਖਾਉਣ ਬਾਰੇ ਜਿਹੜੀ ਗੱਲਬਾਤ ਕੀਤੀ ਜਾਂਦੀ ਆ ਉਹ ਹੁੰਦੀ ਹੈ ਜੀ ਸੀ ਐਲ ਟੀ ਏ, ਦੈਟ ਇਜ਼ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਅਪਰੋਚ। ਠੀਕ ਹੈ, ਅੱਗੇ ਹੈ ਸਾਡੇ ਕੋਲ ਕਹਿੰਦੇ ਫਾਈਂਡ ਦਾ ਵਰਡ ਨੀਅਰੈਸਟ ਇਨ ਦਾ ਮੀਨਿੰਗ ਟੂ ਰੇਸ਼ੀਓਸੀਨੇਸ਼ਨ, ਰੈਸ਼ੋਸੀਨੇਸ਼ਨ। ਠੀਕ ਹੈ ਜੀ, ਇਹਦਾ ਕੀ ਮਤਲਬ ਹੁੰਦਾ ਰੈਸ਼ੋਸੀਨੇਸ਼ਨ ਜਿਹੜਾ ਹੁੰਦਾ ਆ, ਇਹਦੀ ਪ੍ਰੋਨਾਂਸੀਏਸ਼ਨ ਇੱਕ ਵਾਰੀ ਪਲੀਜ਼ ਜ਼ਰੂਰ ਦੇਖ ਲਿਓ। ਰੈਸ਼ੋਸੀਨੇਸ਼ਨ ਜਿਹੜਾ ਹੁੰਦਾ ਆ ਇੱਕ ਇੱਦਾਂ ਦੀ ਕੁਆਲਿਟੀ ਹੁੰਦੀ ਹੈ ਜਿਹੜੀ ਆਮ ਤੌਰ 'ਤੇ ਨਾ ਆਪਾਂ ਜਿਹੜੇ ਉਹ ਨਹੀਂ ਹੁੰਦੇ ਸ਼ੱਕੀ ਮਿਜਾਜ਼ ਦੇ ਲੋਕ ਹੁੰਦੇ ਨੇ, ਜਿਹੜੇ ਬੜੇ ਹਰ ਗੱਲ ਦਾ ਇੱਕ ਲੌਜੀਕਲ ਜਿਹਨਾਂ ਨੂੰ ਆਂਸਰ ਚਾਹੀਦਾ ਹੁੰਦਾ ਆ ਹਨਾ, ਉਹਨਾਂ ਦੇ ਵਿੱਚ ਇਹ ਕੁਆਲਿਟੀ ਪਾਈ ਜਾਂਦੀ ਆ। ਸੋ ਬੇਸਿਕਲੀ ਇਹ ਇੱਕ ਇੱਦਾਂ ਦਾ ਪ੍ਰੋਸੈਸ ਹੁੰਦਾ ਆ ਜਿਹਦੇ ਵਿੱਚ ਬੰਦਾ ਸੋਚਦਾ ਅਤੇ ਜਿਹੜਾ ਆਰਗਿਊਮੈਂਟ ਵੀ ਕਰਦਾ ਨਾ ਉਹ ਬੜਾ ਲੌਜੀਕਲੀ ਕਰਦਾ। ਸੋ ਜਿਹੜੇ ਵੀ ਵਕੀਲ ਹੁੰਦੇ ਨੇ ਹਨਾ ਉਹਨਾਂ ਦੇ ਵਿੱਚ ਵੀ ਜਿਹੜੀ ਇਹ ਕੁਆਲਿਟੀ ਦੇਖਣ ਨੂੰ ਮਿਲਦੀ ਆ, ਸੋ ਬਹੁਤ ਐਨਾਲਾਈਜ਼ ਕਰਦੇ ਨੇ ਚੀਜ਼ਾਂ ਨੂੰ ਔਰ ਹਰ ਇੱਕ ਚੀਜ਼ ਦਾ ਉਹਨਾਂ ਕੋਲ ਲੌਜਿਕ ਹੁੰਦਾ ਆ। ਨੈਕਸਟ ਹੈ ਸਾਡੇ ਕੋਲ ਕੁਐਸਚਨ ਫਾਈਂਡ ਦਾ ਵਰਡ ਆਪੋਜ਼ਿਟ ਟੂ ਦਾ ਮੀਨਿੰਗ ਇਨ ਮੀਨਿੰਗ ਟੂ ਸਲਮਰ। ਸੋ ਸਲਮਰ ਜਿਹੜਾ ਆ ਉਹ ਬਹੁਤ ਸਾਰੀਆਂ ਤੁਸੀਂ ਐਨੀਮੇਟਡ ਮੂਵੀਜ਼ ਦੇ ਵਿੱਚ ਜਾਂ ਬਹੁਤ ਸਾਰੀਆਂ ਇੰਗਲਿਸ਼ ਮੂਵੀਜ਼ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਆ। ਸੋ ਸਲਮਰ ਦਾ ਮਤਲਬ ਹੁੰਦਾ ਆ ਸਲੀਪ, ਸੌਂ ਜਾਣਾ। ਸੋ ਇਹਦਾ ਆਪੋਜ਼ਿਟ ਮੰਗਿਆ ਸੀਗਾ, ਤੋ ਇਹਦਾ ਆਪੋਜ਼ਿਟ ਜਿਹੜਾ ਆ ਉਹ ਹੈ ਜੀ ਵੇਕਅਪ। ਠੀਕ ਹੈ, ਨੈਕਸਟ ਸਾਡੇ ਕੋਲ ਜਿਹੜਾ ਕੁਐਸਚਨ ਹੈ ਉਹ ਹੈ ਆਈ ਬੋਟ ਇਟ ਡੈਸ਼ 100 ਰੁਪੀਜ਼। ਸੋ ਪ੍ਰੈਪੋਜੀਸ਼ਨ ਪੁੱਛੀ ਗਈ ਸੀਗੀ, ਬਹੁਤ ਈਜ਼ੀ ਜਿਹਾ ਸਵਾਲ ਹੈ, ਮੈਨੂੰ ਲੱਗਦਾ ਸਾਰਿਆਂ ਨੂੰ ਆਉਂਦਾ ਹੋਊਗਾ। ਸੋ ਆਈ ਬੋਟ ਇਟ ਫੋਰ, ਆਈ ਬੋਟ ਇਟ
₹100 ਮੈਂ ਇਹ ਚੀਜ਼ ਜਿਹੜੀ ਆ ₹100 ਦੇ ਵਿੱਚ ਖਰੀਦੀ ਆ। ਨੈਕਸਟ ਜਿਹੜਾ ਸਾਡਾ ਲਾਸਟ ਸਵਾਲ ਹੈ ਸਾਡੇ ਇਸ ਸੀਰੀਜ਼ ਦਾ ਉਹ ਹੈ ਜੀ ਵਟ ਆਰ ਦਾ ਕੁਆਲਿਟੀਜ਼ ਆਫ ਅ ਗੁੱਡ ਕਲਾਸਰੂਮ ਸਪੀਚ। ਚੰਗੀ ਕਲਾਸਰੂਮ ਦੀ ਸਪੀਚ ਦੀ ਜਿਹੜੀ ਕੁਆਲਿਟੀ ਆ ਉਹ ਕਿਹੜੀ ਹੋਊਗੀ? ਆਪਸ਼ਨਸ ਦੇਖੀਏ ਤਾਂ ਕਹਿੰਦੇ ਇਟ ਸ਼ੁੱਡ ਬੀ ਡਨ ਐਟ ਨੋਰਮਲ ਸਪੀਡ। ਬਿਲਕੁਲ ਸਹੀ ਪੁਆਇੰਟ ਆ, ਹੈ ਨਾ। ਹੁਣ ਜੇ ਸਪੀਡ ਜ਼ਰੂਰਤ ਤੋਂ ਜ਼ਿਆਦਾ ਹੌਲੀ ਆ ਫਿਰ ਵੀ ਸਵਾਦ ਨਹੀਂ ਆਉਣਾ, ਅਤੇ ਜੇ ਸਪੀਡ ਬਹੁਤ ਤੇਜ਼ ਆ ਫਿਰ ਵੀ ਸਵਾਦ ਨਹੀਂ ਆਉਣਾ, ਸਮਝ ਹੀ ਨਹੀਂ ਆਉਣਾ ਫਿਰ ਤਾਂ, ਹੈ ਨਾ। ਸੋ ਸਪੀਡ ਜਿਹੜੀ ਆ ਨੋਰਮਲ ਹੋਣੀ ਚਾਹੀਦੀ ਆ, ਪੌਜ਼ਿਸ ਵੀ ਹੋਣੇ ਚਾਹੀਦੇ ਨੇ। ਤੁਸੀਂ ਦੇਖਿਆ ਹੋਣਾ ਕਿ ਜਿਹੜੇ ਬਹੁਤ ਚੰਗੇ ਵਕਤਾ ਹੁੰਦੇ ਨੇ, ਜਿਹੜੇ ਬਹੁਤ ਸੋਹਣਾ ਬੋਲਦੇ ਨੇਗੇ, ਉਹ ਨਾ ਆਪਣੀ ਗੱਲ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਜਿੱਥੇ ਜ਼ਰੂਰਤ ਹੁੰਦੀ ਆ ਉੱਥੇ ਪੌਜ਼ ਜ਼ਰੂਰ ਲੈਂਦੇ ਨੇ। ਇਹ ਵੀ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ ਆ। ਅੱਗੇ ਹੈ ਜੀ ਸਪੀਕਰ ਸ਼ੁੱਡ ਮੇਕ ਯੂਜ਼ ਆਫ ਪ੍ਰੋਪਰ ਸਟ੍ਰੈਸ ਐਂਡ ਇਨੋਟੇਸ਼ਨ। ਇਹਦਾ ਮਤਲਬ ਕੀ ਹੁੰਦਾ ਆ? ਕਈ ਵਾਰ ਆਪਾਂ ਕਿਸੇ ਗੱਲ ਦੇ ਉੱਤੇ ਜ਼ੋਰ ਦੇਣਾ ਹੁੰਦਾ, ਹੈ ਨਾ, ਤਾਂ ਉਹਦੇ ਉੱਤੇ ਆਪਾਂ ਸਟ੍ਰੈਸ ਦਿੰਦੇ ਹਾਂ ਤਾਂ ਕਿ ਸਟੂਡੈਂਟਸ ਨੂੰ ਜਾਂ ਜਿਹਨੂੰ ਵੀ ਆਪਾਂ ਆਪਣੀ ਗੱਲ ਸੁਣਾ ਰਹੇ ਹਾਂ ਉਹਨੂੰ ਇਹ ਚੀਜ਼ ਪਤਾ ਲੱਗ ਜਾਏ ਕਿ ਜਿਹੜਾ ਤੁਸੀਂ ਪੁਆਇੰਟ ਡਿਫਾਈਨ ਕਰ ਰਹੇ ਹੋ ਜਾਂ ਕੋਈ ਗੱਲ ਦੇ ਵਿੱਚ ਕੋਈ ਅੱਖਰ ਯੂਜ਼ ਕਰ ਰਹੇ ਹੋ ਜਾਂ ਕੋਈ ਸ਼ਬਦ ਯੂਜ਼ ਕਰ ਰਹੇ ਹੋ ਤਾਂ ਉਹ ਬਹੁਤ ਇੰਪੋਰਟੈਂਟ ਹੈ, ਹੈ ਨਾ। ਉਹਦੇ ਉੱਤੇ ਆਪਾਂ ਸਟ੍ਰੈਸ ਦਿੰਦੇ ਹਾਂ। ਸੋ ਇਹ ਆਲ ਆਫ ਦਾ ਅਬਵ ਜਿਹੜਾ ਆ ਉਹੀ ਆਊਗਾ। ਚੰਗੀ ਸਪੀਚ ਦੀਆਂ ਸਾਰੀਆਂ ਕੁਆਲਿਟੀਜ਼ ਹੁੰਦੀਆਂ ਨੇ, ਉਹਦੀ ਸਪੀਡ ਵੀ ਮੈਟਰ ਕਰਦੀ ਆ, ਆਵਾਜ਼ ਦੀ ਕੁਆਲਿਟੀ ਵੀ ਮੈਟਰ ਕਰਦੀ ਆ, ਇਹ ਵੀ ਮੈਟਰ ਕਰਦਾ ਆ ਕਿ ਤੁਸੀਂ ਜ਼ਰੂਰਤ ਵਾਲੀਆਂ ਚੀਜ਼ਾਂ ਦੇ ਉੱਤੇ ਪੌਜ਼ ਲੈ ਰਹੇ ਹੋ ਜਾਂ ਨਹੀਂ ਲੈ ਰਹੇ, ਅਤੇ ਇਹ ਵੀ ਮੈਟਰ ਕਰਦਾ ਆ ਕਿ ਬਈ ਤੁਸੀਂ ਉਹਦੇ ਵਿੱਚ ਜਦੋਂ ਬੋਲ ਰਹੇ ਹੋ ਤਾਂ ਤੁਹਾਡੀ ਵਕੈਬ ਕਿੱਦਾਂ ਦੀ ਆ। ਸੋ ਇਸ ਤਰੀਕੇ ਦੇ ਨਾਲ ਅਸੀਂ ਇੰਗਲਿਸ਼ ਦੇ ਜਿਹੜੇ 30 ਕੁਐਸਚਨ ਡਿਸਕਸ ਕੀਤੇ ਨੇ, ਇਹਨਾਂ ਦੇ ਆਧਾਰ ਦੇ ਉੱਤੇ ਮੈਂ ਤੁਹਾਨੂੰ ਇੱਕ ਚੀਜ਼ ਜਿਹੜੀ ਆ ਉਹ ਜ਼ਰੂਰ ਕਹਿ ਸਕਦੀ ਹਾਂ ਕਿ ਇੰਗਲਿਸ਼ ਪੈਡਾਗੋਜੀ ਜਿਹੜੀ ਆ ਉਹਨੂੰ ਬਹੁਤ ਜ਼ਿਆਦਾ ਡੀਪਲੀ ਕਰਨਾ ਪਊਗਾ। ਰੀਜ਼ਨ, ਸਵਾਲ ਜਦੋਂ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਆਪਸ਼ਨਸ ਜਿਹੜੇ ਨੇ ਉਹ ਬਹੁਤ ਨੇੜਲੇ ਪਏ ਹੁੰਦੇ ਨੇ ਤਾਂ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਆ, ਅਤੇ ਉਹੀ ਸਟੂਡੈਂਟ ਜਿਹੜਾ ਆ ਇਹਨਾਂ ਕੁਐਸਚਨਸ ਨੂੰ ਵਧੀਆ ਤਰੀਕੇ ਨਾਲ ਸੋਲਵ ਕਰ ਸਕਦਾ ਜਿਹਦੇ ਕਨਸੈਪਟ ਬੜੇ ਕਲੀਅਰ ਨੇ, ਠੀਕ ਹੈ। ਸੋ ਹੋਪਫੁਲੀ ਕਿ ਅੱਜ ਦਾ ਜਿਹੜਾ ਇਹ ਸੈਸ਼ਨ ਆ ਤੁਹਾਨੂੰ ਕਾਫੀ ਪਸੰਦ ਆਇਆ ਹੋਊਗਾ ਅਤੇ ਕਾਫੀ ਮਦਦਗਾਰ ਰਿਹਾ ਹੋਊਗਾ। ਸੋ ਅੱਜ ਲਈ ਇੰਨਾ ਹੀ ਬਹੁਤ ਹੈ ਜੀ, ਧੰਨਵਾਦ।